ਭਾਈ ਜਾਣੇ ਨਹੀਂ ਇਹੀ ਭਾਜੀ ਜਾਂਦੇ ਜਾਣੇ ਖਾਣੀ ਹੈ ਉਹਨਾਂ ਥੱਲੇ ਵਾਲਾ ਨਾ ਨਹੀਂ ਦੀਦਾ ਮੇਲਾ ਤਾਂ ਜਿਹਨਾਂ ਵੇਲੇ ਚੰਦਰ ਆਏ ਸੀ ਉਹ ਤਾਂ ਜਾਣੇ ਹੈਗੀ ਸੀ ਹੈਲੋ ਇਹਨੇ ਜਿਹੜਾ ਹਨਾ ਮਾੜਾ ਮੋਟਾ ਸੈੱਟ ਕੀਤਾ ਉਹ ਵੀ ਖਰਾਬ ਹੋ ਜਾਏਗਾ।
ਜਿਹੜਾ ਆਪਣੇ ਕੋਲ ਦੋ ਬਾਜ ਆ ਨਾ ਉਹਨੂੰ ਮਾਦਾ ਬਾਜ ਕਹਿੰਦੇ ਆ ਜਿਹੜੀ ਉਹ ਫੀਮੇਲ ਆ, ਅਤੇ ਇੱਕ ਹੈਗਾ ਆ ਜੋਰਾ ਬਾਜ, ਜੋਰਾ ਮਤਲਬ ਜਿਹੜਾ ਫੀਮੇਲ ਕਹਿੰਦੇ ਆ, ਜਿਹੜਾ ਮੇਲ ਹੁੰਦਾ ਆ ਅਕਸਰ ਬਾਜ ਇਕੱਠੇ ਨਹੀਂ ਰਹਿੰਦੇ ਹੁੰਦੇ, ਜੇ ਰਹਿੰਦੇ ਆ ਤਾਂ ਸਿਰਫ ਭੈਣ ਭਰਾ ਤਾਂ ਜਿਹੜੀ ਫੈਮਿਲੀ ਹੁੰਦੀ। ਸੋ ਕਿਉਂਕਿ ਜਿਹੜੀ ਇਹ ਬਹੁਤ ਆਪਣੇ ਜ਼ਮੀਨ ਦਾ ਪੈਰਾ ਰੱਖਦੇ ਆ, ਥਾਂ ਆ ਇਹ, ਜਿਹਨਾਂ ਦੀ ਤੁਸੀਂ ਕੋਈ ਉਡਾਨ ਦੇ ਵਿੱਚ ਵੀ ਆ ਗਿਆ ਨਾ ਉਹਨੂੰ ਜਾ ਕੇ ਸ਼ਿਕਾਰ ਕਰਨਗੇ, ਉਹਨੂੰ ਮਾਰਨਗੇ, ਖਾ ਵੀ ਲੈਣਗੇ। ਜਿਹੜੀ ਫੀਮੇਲ ਆ ਨਾ ਉਹ ਇੰਨਾ ਪੈਰਾ ਆਪਣਾ ਟੈਰ ਰੱਖਦੀ ਆ ਕਿ ਜਿਹੜਾ ਜੋਰਾਬਾਜ ਆ ਅਤੇ ਜੇ ਮਾੜਾ ਜਿਹਾ ਤੰਗ ਕੀਤਾ ਉਹਨੂੰ ਢਾਲੇਗੀ, ਜਿਹੜੀ ਫੀਮੇਲ ਵੱਡੀ ਵੀ ਹੁੰਦੀ ਆ। ਸੋ ਜਿਹੜੇ ਜੋਰਾਬਾਜ ਨੂੰ ਤੁਸੀਂ ਦੇਖੋਗੇ ਸਾਈਜ਼ ਛੋਟਾ ਆ, 30-40% ਵੱਡੀ ਹੁੰਦੀ, ਅਤੇ ਵੱਖਰੇ ਵੱਖਰੇ ਸ਼ਿਕਾਰ ਆ। ਜਿਹੜਾ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੋਲ ਦੋ ਤਰ੍ਹਾਂ ਦੇ ਬਾਜ ਸੀਗੇ, ਇੱਕ ਜਿਹਨੂੰ ਗੋਸਕ ਕਹਿੰਦੇ ਆ ਜਿਹੜਾ ਆਪਣੇ ਕੋਲ ਹੈ, ਅਤੇ ਇੱਕ ਫਾਲਕੋਨ ਸੀ ਉਹ ਵੀ ਆਪਣੇ ਕੋਲ ਹੈਗਾ ਛੋਟਾ, ਬਾਅਦ ਚੋਂ ਦੱਸਣ ਕਰਾਂਗੇ। ਸੋ ਇਹਨਾਂ ਦੀ ਵੱਖਰੀ ਵੱਖਰੀ ਚਾਲ, ਇਹਨਾਂ ਦੀ ਭੁਚਾਂਗੀ ਚਾਲ ਕਹਿੰਦੀ ਹੈ, ਸੱਪ ਵਾਂਗੂ ਕਦੇ ਟਾਹਣਿਆਂ ਵਿੱਚ ਦੀ ਸ਼ਿਕਾਰ ਕਰੇਗਾ। ਜਿਹੜਾ ਦੂਸਰਾ ਫਾਲਕੋਨ ਆ ਉਹ ਉੱਚੜੀ ਆਮ ਆ, ਉੱਚੀ ਉਡਾਣ, ਉੱਚਾ ਜਾਏਗਾ, ਮਾਲਕ ਦੀ ਵੇਟ ਕਰੇਗਾ ਅਤੇ ਕਦੋਂ ਇਸ਼ਾਰਾ ਕਰਦਾ ਆ ਅਤੇ ਸ਼ਿਕਾਰ ਬਾਹਰ ਆਉਂਦਾ ਤਾਂ ਮੈਂ। ਸੋ ਇਹ ਮੋਟੇ ਮੋਟੇ ਆ ਜੇ ਕਹੀਏ ਫਰਕ ਆ, ਉਦੋਂ ਤਾਂ ਬਹੁਤ ਫਰਕ ਆ, ਸੁਭਾਅ ਦਾ ਫਰਕ ਆ, ਬਹੁਤ ਤਾਲਮੇਲ ਮਿਲਦੀ ਆ ਸਿੱਖੀ ਨਾਲ, ਹਾਂਜੀ ਜੁਝਾ ਜੰਗ ਨਾਲ, ਇਹਨਾਂ ਦਾ ਸੁਭਾਅ ਸ਼ਾਂਤ ਕਿੱਦਾਂ ਹੁੰਦਾ ਆ, ਕੱਬੇ ਬਹੁਤ ਆ, ਬਹੁਤ ਜਿਹਨਾਂ ਕਹਿ ਜੀ ਇਹਨਾਂ ਨੂੰ ਟ੍ਰੇਨ ਕਰਨਾ ਬਹੁਤ। ਹਾਂਜੀ
ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਅੱਥ ਸ੍ਰੀ ਬ੍ਰਹਮ ਕਵਚ ਲਿਖੀ ਅਤੇ ਖੜਗ ਖੰਡਾ ਅਸੀ ਅਰਗਰ ਧਰਮ ਰਛ ਤਗ ਛਤਰੀ ਵਿਸਵਪਾਲ ਭੂਪਾਲ ਪਛ ਬਲ ਭੱਛ ਰਣ ਕੱਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜਯੋਤੀ ਮੁਕਤਦਾਇਕ ਧਾਰਾ ਧਰ ਕਿਰਪਾਨ ਹੈ ਚੰਡਕਾ ਮ੍ਰਿਤ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਭਵ ਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬੱਤੀਸਾ ਪੜੈ ਜੋ ਨਿਤ ਛਤਰੀ ਰਣਜੀਤ ਲਹਿ ਨਿਰਪੀਤ ਰਹਿ ਹਿਰਦ ਸਿੱਧ ਪਾਵੈ ਅਤਰੀ ਲਹਿ ਬੇਦ ਭੇਦ ਜੋ ਪੜੈ ਬਿਪਰ ਵੈਸ ਧਨ ਸੁਖ ਸੰਪਤਾ ਤਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਇਹ ਬੋਲਾ ਹਰਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਸ੍ਰੀ ਸਾਹਿਬ ਕੋ ਸਿਰ ਨਾਇਕ ਯਾਚਕ ਅਨੇਕ ਸੋ ਇੱਕ ਦੇਵਈਆ ਦਾਨਵ ਦੇਵ ਫਾਨਿੰਦ ਨੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜੀਤੇ ਜਲ ਮੈਂ ਥਲ ਮੈਂ ਪਾਲ ਹੀ ਪਾਲ ਮੈਂ ਸਭ ਥਾਪ ਥਾਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫੇਰੈ ਜਗ ਸਤਰ ਸਭੈ ਆਵ ਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਨਾਰਾਦ ਪਜਾਨ ਤ੍ਰੈ ਲੋਕ ਖਾਲਸਾ ਸਾਹਿਬ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ।
ਜੀ ਦੇ ਹਜ਼ੂਰੀ ਵਿੱਚ ਮਹਾਰਾਜ ਜੀਓ ਸੱਚੇ ਪਾਤਸ਼ਾਹ ਜੀ ਦੇਗਾ ਤਿਆਰ ਕੀਤੀਆਂ ਹੋਈਆਂ ਮਹਾਰਾਜ ਜੀ ਭੋਗ ਲਾਓ। ਮਹਾਰਾਜ ਜੀ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਜੀ ਛਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਜੀ ਵੱਲ ਕਿਰਪਾ ਦ੍ਰਿਸ਼ਟੀ ਨਾਲ ਵੇਖੋ, ਇਹਨਾਂ ਨਾਲ ਮਾੜੀ ਨਜ਼ਰ ਨਾਲ ਨਾ ਵੇਖੋ, ਇਹਨਾਂ ਵੱਲ ਈਰਖਾ ਨਾਲ ਨਾ ਵੇਖੋ, ਬਲਕਿ ਖੁਸ਼ੀ ਲਓ ਇਹਨਾਂ ਦੀ। ਜੁੱਧ ਜਿੱਤੇ ਇਨਹੀ ਕੇ ਪ੍ਰਸਾਦ। ਦੇਖੋ ਪੰਡਿਤ ਜੀ, ਅਸੀਂ ਜਿੰਨੇ ਵੀ ਜੰਗ ਜਿੱਤੇ ਨੇ ਇਹਨਾਂ ਛਤਰੀਆਂ ਦੀ ਕਿਰਪਾ ਨਾਲ ਜਿੱਤੇ ਨੇ। ਜੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਹ ਖਾਲਸੇ ਦੀ ਕਿਰਪਾ ਹੈ, ਖਾਲਸੇ ਕੇ ਪ੍ਰਸਾਦ। ਇਹ ਯੁੱਧ ਜਿੱਤੇ ਇਨਹੀਂ ਕੇ ਪ੍ਰਸਾਦ, ਇਹਨਾਂ ਸੂਰਬੀਰ ਯੋਧਿਆਂ ਦੀ ਕਿਰਪਾ ਨਾਲ ਹੀ ਜੰਗ ਜਿੱਤੇ ਹਨ। ਇਨਹੀਂ ਕੇ ਪ੍ਰਸਾਦ ਸੁਰਦਾਨ ਕਰੇ। ਇਹ ਪੰਡਿਤ ਜੀ, ਜਿੰਨੇ ਦਾਨ ਕੀਤੇ ਨੇ ਅੱਜ ਤੱਕ ਇਹਨਾਂ ਸੂਰਬੀਰ ਛਤਰੀਆਂ ਦੀ ਕਿਰਪਾ ਨਾਲ, ਖਾਲਸੇ ਦੀ ਕਿਰਪਾ ਨਾਲ ਹੀ ਕੀਤੇ ਹਨ। ਅਸੀਂ ਤੁਹਾਨੂੰ ਦਾਨ ਦਿੰਦੇ ਹਾਂ ਪੰਡਿਤ ਜੀ, ਸਾਡੇ ਕੋਲ ਜਿਹੜਾ ਖਜ਼ਾਨਾ ਆਉਂਦਾ ਗੁਰੂ ਕੀ ਗੋਲਕ ਆਉਂਦੀ ਹੈ, ਉਹ ਇਹੀ ਲੈ ਕੇ ਆਉਂਦੇ ਨੇ ਗੁਰੂ ਕੇ ਸਿੱਖ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਨੂੰ ਪੁੱਛਿਆ, ਮਹਾਰਾਜ ਤੁਹਾਡੇ ਕੋਲ ਤੋਪਾਂ, ਕਿਲੇ, ਫੌਜਾਂ, ਘੋੜੇ, ਰਾਜ ਸਾਜ, ਰਾਜਿਆਂ ਮਹਾਰਾਜਿਆਂ ਵਰਗਾ ਹਾਥੀ ਕਿੱਥੋਂ ਆ ਰਿਹਾ? ਕੋਈ ਰਿਆਸਤ ਨਹੀਂ, ਕੋਈ ਮੁਲਕ ਨਹੀਂ, ਕੋਈ ਜ਼ਮੀਨ ਨਹੀਂ, ਅਤੇ ਮਹਾਰਾਜ ਤੁਹਾਡਾ ਰਾਜਿਆਂ ਮਹਾਰਾਜਿਆਂ ਵਾਲਾ ਰਾਜ ਸਾਜ ਕਿੱਥੋਂ ਬਣ ਗਿਆ? ਕਿਉਂਕਿ ਜਿਹਦੇ ਕੋਲ ਜ਼ਮੀਨ ਹੋਵੇ ਉਹਦੇ ਕੋਲ ਹੀ ਰਾਜ ਹੁੰਦਾ,
ਤੁਹਾਡੇ ਕੋਲ ਤਾਂ ਕੋਈ ਜ਼ਮੀਨ ਹੈ ਨਹੀਂ, ਨਜ਼ਰ ਨਹੀਂ ਆਉਂਦੀ, ਰਹਿੰਦੇ ਰਾਜਿਆਂ ਦੀ ਤਰ੍ਹਾਂ ਹੋ ਤੁਸੀਂ, ਕਲਗੀਆਂ ਲਾਉਂਦੇ ਹੋ, ਘੋੜਿਆਂ 'ਤੇ ਸਵਾਰ ਹੁੰਦੇ ਹੋ, ਹਾਥੀਆਂ ਦੀ ਸਵਾਰੀ ਕਰਦੇ ਹੋ। ਕਲਗੀਧਰ ਕਹਿੰਦੇ ਪੰਥ ਖਾਲਸਾ ਖੇਤੀ ਮੇਰੀ, ਪੰਥ ਖਾਲਸਾ ਖੇਤੀ ਮੇਰੀ, ਪੰਥ ਖਾਲਸਾ ਖੇਤੀ ਮੇਰੀ, ਪੰਥ ਖਾਲਸਾ ਖੇਤੀ ਮੇਰੀ, ਕਰੋ ਸੰਭਾਲ ਸਦਾ ਇਨ ਕੇਰੀ, ਕਰੋ ਸੰਭਾਲ ਸਦਾ ਇਨ ਕੇਰੀ, ਕਰੋ ਸੰਭਾਲ ਸਦਾ ਇਨ ਕੇਰੀ, ਕਰੋ ਸੰਭਾਲ ਸਦਾ ਇਨ ਕੇਰੀ। ਕਹਿੰਦੇ ਆ ਖਾਲਸਾ ਹੀ ਮੇਰੀ ਖੇਤੀ ਹੈ। ਜਿਵੇਂ ਇੱਕ ਕਿਸਾਨ ਆਪਣੇ ਖੇਤਾਂ ਨੂੰ ਪਾਲਦਾ, ਉਹਨਾਂ ਨੂੰ ਹਲ ਵਾਹੁੰਦਾ, ਬੀਜ ਪਾਉਂਦਾ, ਸੁਹਾਗਾ ਲਾਉਂਦਾ, ਗੋਡੀ ਕਰਦਾ, ਪਾਣੀ ਦਿੰਦਾ, ਫਸਲ ਨੂੰ ਪਾਲ ਕੇ ਵਿੱਚੋਂ ਕੁਝ ਬੜਾ ਕੁਝ ਕੱਢ ਲੈਂਦਾ, ਇੱਦਾਂ ਮੈਂ ਇਸ ਖਾਲਸੇ ਵਿੱਚੋਂ ਹੀ ਸਾਰਾ ਕੁਝ ਪ੍ਰਗਟ ਕਰ ਲਿਆ। ਖਾਲਸੇ ਕੇ ਪ੍ਰਸਾਦ ਕਰ ਸੁੱਤ ਬਿਤ ਕੋਸ਼ ਭੰਡਾਰ, ਮੇਰੇ ਕੋਲ ਜੋ ਕੁਝ ਵੀ ਹੈ ਨਾ ਉਹ ਖਾਲਸੇ ਦੀ ਕਿਰਪਾ ਨਾਲ। ਮਹਾਰਾਜ ਕਹਿੰਦੇ ਯੁੱਧ ਜਿੱਤੇ ਹੀ ਨਹੀਂ ਕਿ ਪ੍ਰਸਾਦ, ਇਹਨਾਂ ਸਿੰਘਾਂ ਦੀ ਕਿਰਪਾ ਨਾਲ ਹੀ ਅਸੀਂ ਜੰਗ ਜਿੱਤੇ, ਇਨਹੀਂ ਕਿ ਪ੍ਰਸਾਦ ਸੋ ਦਾਨ ਕਰੇ। ਆ ਪੰਡਤੋ ਤੁਹਾਨੂੰ ਦਾਨ ਦਿੰਦੇ ਹਾਂ, ਇਹ ਖਾਲਸੇ ਦੀ ਕਿਰਪਾ ਹੈ। ਹਾਂਜੀ, ਅਗ ਔਗ ਟਰੇ ਇਨਹੀਂ ਕਿ ਪ੍ਰਸਾਦ, ਇਹ ਖਾਲਸੇ ਦੀ ਕਿਰਪਾ ਨਾਲ ਹੀ ਪਾਪ ਦੂਰ ਹੁੰਦੇ ਨੇ, ਕਿਉਂਕਿ ਜੇ ਖਾਲਸਾ ਨਾ ਹੋਵੇ ਤਾਂ ਫਿਰ ਪਾਪੀ ਲੋਕ ਗਊਆਂ ਮਾਰਦੇ ਮੰਦਰਾਂ ਵਿੱਚ ਆ ਕੇ, ਧੀਆਂ ਭੈਣਾਂ ਦੀ ਇੱਜ਼ਤ ਲੁੱਟਦੇ, ਜ਼ੁਲਮ ਅੱਤਿਆਚਾਰ ਕਰਦੇ, ਜਨੇਊ ਤੋੜਦੇ, ਅਤੇ ਜੇ ਖਾਲਸਾ ਗੱਜਿਆ ਤਾਂ ਸਭ ਮਲੇਸ਼ ਭੱਜ ਗਏ। ਉੱਠ ਗਈ ਸਫਾ ਮਲੇਸ਼ ਕੀ, ਕਰ ਕੂੜਾ ਪਾਸਾਰ, ਡੰਕਾ ਬਾਜੇ ਫਤਿਹ ਕਾ, ਨੇਕ ਲੰਘ ਕੇ ਅਵਤਾਰ। ਮਹਾਰਾਜ ਮਹਾਰਾਜ ਕਹਿੰਦੇ ਸਭ ਖਾਲਸੇ ਦੀ ਕਿਰਪਾ ਨਾਲ ਹੈ, ਜੋ ਕੁਛ ਵੀ ਸਾਡੇ ਕੋਲ ਹੈ ਇਹਨਾਂ ਦੀ ਕਿਰਪਾ ਨਾਲ, ਘਰ ਭਰੇ ਹੋਏ ਨੇ, ਖਜ਼ਾਨੇ ਭਰੇ ਹੋਏ ਨੇ ਪ੍ਰਸਾਦ ਸੋ ਵਿਦਿਆ ਲਈ। ਆ ਪੰਡਿਤ ਜੀ, ਇਹ ਖਾਲਸੇ ਦੀ ਕਿਰਪਾ ਨਾਲ ਹੀ ਵਿਦਿਆ ਦੀ ਪ੍ਰਾਪਤੀ ਹੈ। ਤੁਸੀਂ ਵੀ ਪੰਡਿਤ ਹੋ, ਵਿਦਵਾਨ ਹੋ, ਸ਼ਾਸਤਰ ਪੜ੍ਹਦੇ ਹੋ, ਵੇਦ ਪੜ੍ਹਦੇ ਹੋ, ਗੀਤਾ ਪੜ੍ਹਦੇ ਹੋ, ਪੁਰਾਣੇ ਗ੍ਰੰਥਾਂ ਨੂੰ ਪੜ੍ਹਦੇ ਹੋ ਆਰਾਮ ਨਾਲ ਘਰ ਬਹਿ ਕੇ, ਜੇ ਖਾਲਸਾ ਨਾ ਹੋਵੇ ਤੁਹਾਨੂੰ ਪੜ੍ਹਨ ਨਹੀਂ ਦੇਣਗੇ ਤੁਰਕ। ਜਿਵੇਂ ਸਾਧ ਸੰਗਤ ਜੀ ਕਿਸੇ ਵੀ ਮੁਲਕ ਦੇ ਉੱਤੇ, ਮੁਲਕ ਦੇ ਅੰਦਰ ਰਹਿੰਦੇ ਲੋਕ, ਦੇਸ਼ ਦੇ ਅੰਦਰ ਲੋਕ ਰਹਿੰਦੇ ਆ, ਆਰਾਮ ਨਾਲ ਰਹਿੰਦੇ, ਬਿਜ਼ਨਸਮੈਨ ਵੀ ਰਹਿੰਦੇ ਆ, ਪੜ੍ਹੇ ਲਿਖੇ ਪ੍ਰੋਫੈਸਰ ਵੀ ਰਹਿੰਦੇ ਆ, ਹਰ ਵਰਗ ਦੇ ਲੋਕ ਰਹਿੰਦੇ ਆ, ਆਰਾਮ ਨਾਲ ਸੌਂਦੇ ਰਾਤ ਨੂੰ, ਕਿਹਦੀ ਕਿਰਪਾ ਹੁੰਦੀ? ਜਿਹੜੇ ਬਾਰਡਰ 'ਤੇ ਫੌਜੀ ਖੜ੍ਹੇ ਹੁੰਦੇ ਆ ਗੰਨਾਂ ਲੈ ਕੇ, ਜੇ ਉਹ ਨਾ ਹੋਣ ਤਾਂ ਬਾਹਰੋਂ ਲੁਟੇਰੇ ਆ ਕੇ ਲੁੱਟ ਕੇ ਲੈ ਜਾਣ। ਹਿੰਦੁਸਤਾਨ ਨੂੰ ਹਜ਼ਾਰਾਂ ਸਾਲਾਂ ਤੋਂ ਲੁਟੇਰੇ ਲੁੱਟਦੇ ਰਹੇ। ਧੰਨ ਬਾਬਾ ਫੂਲਾ ਸਿੰਘ ਜੀ ਅਕਾਲੀ ਸਾਹਿਬ, ਜਿਨ੍ਹਾਂ ਦਾ 200 ਸਾਲ ਆਪਾਂ ਮਨਾ ਰਹੇ ਹਾਂ, 14 ਮਾਰਚ ਨੂੰ ਸ਼ਹੀਦੀ ਪਾਈ ਹੈ। ਉਹਨਾਂ ਮਹਾਂਪੁਰਸ਼ਾਂ ਨੇ ਸ਼ਹੀਦੀ ਪਾ ਕੇ ਉਹ ਦਰਵਾਜ਼ਾ ਬੰਦ ਕੀਤਾ ਦਰਾ ਖੈਬਰ ਦਾ, ਜਿਹੜਾ ਸਾਧ ਸੰਗਤ ਜੀ ਸਿਕੰਦਰ ਦੇ ਟਾਈਮ ਤੋਂ ਖੁੱਲ੍ਹਾ ਸੀ। ਕਦੀ ਉੱਥੋਂ ਸਿਕੰਦਰ ਆਇਆ, ਕਦੀ ਉੱਥੋਂ ਬਾਬਰ ਆਇਆ, ਕਦੀ ਉੱਥੋਂ ਨਾਦਰ ਆਇਆ, ਕਦੀ ਅਬਦਾਲੀ ਆਇਆ, ਆ ਕੇ 22-22 ਹਜ਼ਾਰ ਲੜਕੀਆਂ ਇੱਕ ਇੱਕ ਦਿਨ 'ਚ ਬੰਨ ਕੇ ਲਿਜਾਂਦੇ ਸੀ ਹਿੰਦੁਸਤਾਨ 'ਚੋਂ, ਸੋਨਾ ਚਾਂਦੀ ਲੁੱਟ ਕੇ ਲਿਜਾਂਦੇ ਸੀ। ਅਕਾਲੀ ਜੀ ਨੇ ਉੱਥੇ ਐਸਾ ਸ਼ਹੀਦੀ ਪਹਿਰਾ ਲਾਇਆ, ਸ਼ਹੀਦੀ ਪਾ ਕੇ 200 ਸਾਲ ਹੋ ਗਏ, ਉੱਧਰੋਂ ਕੋਈ ਆ ਨਹੀਂ ਸਕਿਆ।
ਬੰਦੇ ਡਿਊਟੀ ਕੋਈ ਨਾ ਅੱਜ ਮੈਂ ਸਕੂਲ ਹੈ ਬਾਜਾਂ ਵਾਲੇ ਨਾ ਬਿਨਾਂ ਫੀਸ ਤੋਂ ਲੱਗਦੇ ਫੀਸ ਕੋਈ ਨਾ